ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਦੋਏ ਰਹਿ ਰਾਸ ਕਰ ਚਰਣਾਮ੍ਰਿਤ ਸਿੱਖਾਂ ਪਿਲਾਇਆ ਰਾਣਾ ਰੰਕ ਬਰਬਰੀ ਪੈਰੀ ਪਵਣਾ ਜਗ ਵਰਤਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਕਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਆਨੰਦ ਗੁਣੀ ਨਿਦਾ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਡੇ ਸੁਲਤਾ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਜੀ ਪ੍ਰਗਟੇ ਨਾਨ ਕਰਾਏ ਪ੍ਰਗਟੇ ਨਾਨ ਕਰਾਏ ਪ੍ਰਗਟੇ ਨਾਨ ਕਰਾਏ ਪ੍ਰਗਟੇ ਤਿੰਨ ਬੇਦੀਆਂ ਕੇ ਕੁੜੇ ਬੇਖੈ ਤਿੰਨ ਬੇਦੀਆਂ ਕੇ ਕੁੜੇ ਬੇਖੈ ਪ੍ਰਗਟੇ ਨਾਨਕ ਰਾਏ ਪ੍ਰਗਟੇ ਕਹਾ ਹੋ ਮੀਆਂ
जो तू दे सो कह स्वामी मैं मूर्ख कहने ना जा तेरे गुण गावा देह बुझाई जैसे सच में रहो रजा तेरी कवन बढ़ाई बढ़ाई तेरी कवन बढ़ाई बढ़ाई तू सुल्तान तेरे गुण गावा देह बुझा जैसे सच में रहो रजा जैसे सच में रहो रजाई जैसे सच में रहो रजाई जो किश हो सब किश तुझीते तेरी सब असना तेरा अंत ना जान मेरे साहिब मैं अंधले क्या चतुराई चतुराई तू सुल्तान तू सुल्तान तू सुल्तान तेरी कवन बढ़ाई बढ़ाई हूँ कथी कथे कथ देखा मैं अकथ ना कथ ना जा जो तुद पावे सोई आखा तेरी वड्या
ਇੱਥੇ ਕੁਕਰ ਹੋਂ ਬੇਗਾਨਾ ਪੌਂਕਾ ਇਸੀ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ ਤੂੰ ਸੁਨਤਾਰ ਤੂੰ ਸੁਨਤਾਰ ਤੂੰ ਸੁਨਤਾਰ ਤੂੰ ਸੁਨਤਾਰ ਕਹਾ ਹੋ ਮੀਆਂ ਤੇਰੀ ਦਾ ਟਾਈਮ ਪੰਡਿਤ ਹਰਦਿਆਲ ਕੋਠੇ ਤੇ ਚੜਿਆ ਤੇ ਪੰਡਤਾਣੀ ਪੁੱਛਦੀ ਹੈ ਪੰਡਿਤ ਜੀ ਕੋਠੇ ਤੇ ਕੀ ਕਰ ਰਹੇ ਹੋ ਅੱਧੀ ਰਾਤ ਦਾ ਟਾਈਮ ਹੈ ਕੋਠੇ ਤੇ ਕੀ ਕਰ ਰਹੇ ਹੋ ਸਰਦੀ ਦਾ ਮੌਸਮ ਹੈ ਪੰਡਿਤ ਹਰਦਿਆਲ ਬੜਾ ਸਿਆਣਾ ਸੀ ਜੋਤਿਸ਼ ਵਿਦਿਆ ਦਾ ਵੀ ਸਿਆਣਾ ਸੀ ਵੈਸੇ ਗੁਰੂ ਘਰ ਦਾ ਜੋਤਿਸ਼ ਵਿਦਿਆ ਨਾਲ ਸੁਣ ਸੰਬੰਧ ਕੋਈ ਨਹੀਂ ਕਿਉਂਕਿ ਜਨਮ ਬੇਦੀਆਂ ਦੇ ਘਰ ਦਾ ਸੀ ਜਿਹਨੇ ਵੇਦ ਪੜ੍ਹੇ ਉਹ ਸੋ ਬੇਦੀ ਕਹਾਏ ਉਹਨੇ ਆਖਿਆ ਪੰਡਤਾਣੀਏ ਆਹ ਜਿਹੜਾ ਬੇਦੀ ਕਾਲੂ ਦੇ ਘਰ ਬੱਚਾ ਇਸ ਵੇਲੇ ਪੈਦਾ ਹੋਇਆ ਹੈ ਨਾ ਇਹ ਕੋਈ ਆਮ ਬੱਚਾ ਨਹੀਂ ਗੱਜ ਕੇ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸਾਰੇ ਧਿਆਨ ਧਰੋ ਅਤੇ ਬਾਲ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੋ ਅਤੇ ਸਾਰੇ ਫੇਰ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੰਡਤਾਣੀਏ ਕੋਈ ਆਮ ਬੱਚਾ ਨਹੀਂ ਇਹ ਆਪ ਪਰਮੇਸ਼ਰ ਆਇਆ ਹੈ ਦਿਨ ਚੜ੍ਹਿਆ ਪਤਾ ਲੱਗਾ ਬਾਲਕ ਨੇ ਜਨਮ ਲਿਆ ਵਧਾਈਆਂ ਹੋਈਆਂ ਪਟਵਾਰੀ ਜੀ ਨੇ ਆਖਿਆ ਪੰਡਿਤ ਜੀ ਮੇਰੇ ਪੁੱਤਰ ਦੀ ਪੱਤਰੀ ਬਣਾਓ ਪੱਤਰੀ ਬਣਾਉਂਦਿਆਂ ਉਹਨੇ ਵਿੱਚ ਇੱਕ ਬਚਨ ਆਖਿਆ ਕਿ ਪਟਵਾਰੀ ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਅਵਤਾਰ ਆਉਂਦੇ ਰਹੇ ਨੇ ਸ਼੍ਰੀ ਰਾਮ ਆਏ ਸ਼੍ਰੀ ਕ੍ਰਿਸ਼ਨ ਆਏ ਸਮੇਂ ਦੇ ਅਵਤਾਰ ਆਉਂਦੇ ਰਹੇ ਉਹ ਤਰ੍ਹਾਂ ਇਹ ਕਲਯੁੱਗ ਦਾ ਮਾਲਕ ਹੈ ਇਹ ਸਮੇਂ ਦਾ ਮਾਲਕ ਹੈ ਸਿਰ ਤੇ ਛਤਰ ਝੁੱਲਣਗੇ ਜਦੋਂ 20 ਰੁਪਈਆਂ ਵਾਲਾ ਸੌਦਾ ਵਾਪਰਿਆ ਨਾ ਤੇ ਫਿਰ ਕਾਲੂ ਨੂੰ ਚੜਿਆ ਗੁੱਸਾ ਜਾ ਕੇ ਹਰਦਿਆਲ ਪੰਡਿਤ ਦਾ ਦਰਵਾਜ਼ਾ ਖੜਕਾਇਆ ਪੰਡਿਤ ਜੀ ਤੁਸੀਂ ਕਹਿੰਦੇ ਸੀ ਸਿਰ ਤੇ ਛਤਰ ਝੁੱਲਣਗੇ ਤੇ ਇਹ ਤਾਂ ਘਰ ਵਿੱਚ ਜਿਹੜਾ ਕੋਈ ਪੈਸਾ ਪਾਈ ਹੈ ਉਹ ਵੀ ਗਵਾਈ ਜਾ ਰਿਹਾ ਪੰਡਿਤ ਕਹਿਣ ਲੱਗਾ ਕਾਲੂ ਜੀ
ਗੁੱਸੇ ਚ ਨਾ ਆ, ਮੇਰੀ ਰਾਮ ਨਾਲ ਗੱਲ ਸੁਣ, ਸਹਿਜ ਨਾਲ ਬਹਿ ਜਾ। ਉਹਨੇ ਆਖਿਆ ਮੈਂ ਤੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਸੀ ਪਰ ਇੱਕ ਗੱਲ ਤੈਨੂੰ ਨਹੀਂ ਸੀ ਦੱਸੀ। ਉਹ ਕਿਹੜੀ ਗੱਲ? ਉਹਨੇ ਆਖਿਆ ਮੈਂ ਤੈਨੂੰ ਇਹ ਗੱਲ ਨਹੀਂ ਸੀ ਦੱਸੀ ਕਿ ਬਾਲਕ ਕੇ ਸੰਬੰਧੀ ਜੇਤੇ ਮਹਿਮਾ ਲੱਖ ਨਾ ਸਕੇਂਗੇ ਤੇਤੇ। ਬਾਲਕ ਦੇ ਸੰਬੰਧੀ, ਬਾਲਕ ਦੇ ਪਰਿਵਾਰ ਵਾਲੇ ਦੀ ਮਹਿਮਾ ਨੂੰ ਨਹੀਂ ਕਿਸੇ ਨੇ ਵੀ ਨਹੀਂ ਅੱਜ ਤੱਕ ਜਾਣਿਆ। ਨਾਨਕ ਦਾਦਕ ਸਹੁਰੇ ਬਾਲੀ, ਚਾਰੇ ਰਹਿਣ ਸੰਤ ਤੋਂ ਖਾਲੀ। ਦੋਸਤ ਸਮਝਦੇ ਨੇ ਸਾਡਾ ਦੋਸਤ ਹੈ, ਨਾਨਕੇ ਸਮਝਦੇ ਨੇ ਸਾਡਾ ਦੋਇਤ ਹੈ, ਸਹੁਰੇ ਸਮਝਦੇ ਨੇ ਸਾਡਾ ਜਵਾਈ ਹੈ। ਨਾਨਕ ਦਾਦਕ ਸਹੁਰੇ ਬਾਲੀ, ਇਹ ਚਾਰੇ ਰਹਿਣ ਸੰਤ ਤੋਂ ਕੁਝ ਘੱਟ ਹੀ ਲਾਭ ਲਿਆ ਇਹਨਾਂ ਨੇ, ਬਹੁਤੇ ਨੇੜੇ ਰਹਿਣ ਵਾਲਿਆਂ ਨੇ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੋਈ ਸ਼ੰਕਾਵਾਦੀ ਪੁੱਛਦਾ ਕਿ ਵਾਹਿਗੁਰੂ ਪਰਮਾਤਮਾ ਕੀ ਹੈ, ਉਹਨੇ ਆਖਿਆ ਮੈਂ ਕੀ ਦੱਸਾਂ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ, ਕੀ ਉਹਦੀ ਵਡਿਆਈ ਕਰਾਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ। ਉਹਦੀਆਂ ਵਡਿਆਈਆਂ, ਉਹਦੀਆਂ ਸਿਫਤਾਂ ਮੈਂ ਕੀ ਬਿਆਨ ਕਰਾਂ। ਐਸੇ ਦੀਨ ਦਿਆਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰੰਕਾਰ ਸਤਿਗੁਰੂ, ਤਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਭਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਇੱਕ ਸ਼ਬਦ ਦੀ ਹਾਜ਼ਰੀ, ਹੋਰ ਹੁਕਮ ਹੋਇਆ ਹੈ, ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਈ, ਆਹ ਸ਼ਬਦ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ ਜੀ, ਪਿਆਰ ਨਾਲ ਸਰਵਣ ਕਰੋ ਜੀ। ਜੇ ਭਰ ਜਾਣੇ ਕੋਏ ਨਾਨਕ ਚੁੜੀਆਂ ਸੁੱਚੀਆਂ, ਜੇ ਭਰ ਜਾਣੇ ਕੋਏ, ਜੇ ਭਰ ਜਾਣੇ ਕੋ ਨਾਨਕ ਚੁੜੀਆਂ ਸੁੱਚੀਆਂ, ਨਾਨਕ ਚੁੜੀਆਂ ਸੁੱਚੀਆਂ, ਜੇ ਭਰ ਜਾਣੇ ਕੋਏ, ਜੇ ਭਰ ਜਾਣੇ ਕੋ ਸੁਰਤੇ ਚੁੜੀ ਗਿਆਨ ਕੀ ਜੋਗੀ ਕਾ ਜਤ ਹੋਏ, ਜੋਗੀ ਕਾ ਜਤ ਹੋ ਬ੍ਰਾਹਮਣ ਚੁੜੀ ਸੰਤੋਖ ਕੀ ਚੁੜੀ ਸੰਤੋਖ ਕੀ ਗਿਰਹਿ ਕਾ ਸਤਦਾ ਰਾਜ ਚੁੜੀ ਨਿਆਮ ਕੀ ਪੜਿਆ ਸੱਚ ਪੜਿਆ ਸੱਚ ਤਿਆ, ਪੜਿਆ ਸੱਚ ਤਿਆ ਨਾਨਕ ਚੁੜੀਆਂ ਸੁੱਚੀਆਂ, ਨਾਨਕ ਚੁੜੀਆਂ ਸੁੱਚੀਆਂ, ਨਾਨਕ ਚੁੜੀਆਂ ਸੁੱਚੀਆਂ, ਜੇ ਭਰ ਜਾਣੇ ਕੋ
ਪਾਣੀ ਚਿੱਤ ਲਾ ਧੋਪਈ ਮੁਖ ਪੀਤੇ ਦੇਖ ਜਾ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾ ਫਿਰ ਪਾਣੀ ਸਭ ਖਾਏ ਫਿਰ ਪਾਣੀ ਸਭ ਖਾ ਨਾਨਕ ਸੇਵਾ ਹਾਜ਼ਰੀ ਗੁਰੂ ਕੀ ਸੰਗਤ ਜੀ ਕੀਰਤਨ ਦੀ ਪ੍ਰਵਾਨ ਕਰਨੀ ਦੀਨ ਦੁਨੀਆਂ ਦੇ ਮਾਲਕ ਸਾਹਿਬ ਕਮਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਮੁੱਚੇ ਪ੍ਰਬੰਧ ਦਾ ਸਮੁੱਚੀ ਸੰਗਤ ਦਾ ਧੰਨਵਾਦ ਭੁੱਲ ਚੁੱਕ ਦੀ ਖਿਮਾ ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅਨੰਦ ਸਾਹਿਬ ਪੜ੍ਹਨਾ ਅੱਛਾ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆਂ ਰਾਗਰ ਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮੇਰਾ ਤੂੰ ਸਦਾ ਦੋ ਹਰਨਾ ਦੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋਹ ਵਿਸਾਰੇ ਨਾਨਕ ਮਨ ਮੇਰੇ ਸਦਾ ਦੋ ਹਰਨਾ ਦੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਲਾਹ ਤੇਰੀ ਨਾ ਮਨ ਸਾਵੇ ਮਨ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਧ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਆਧਾਰੋ ਬਾਜੇ ਪੰਚ ਸ਼ਬਦ ਕਰ ਸੁਭਾਗੇ ਅਰਸ ਪਗੈ ਸ਼ਬਦ ਵਾਦੇ ਕਲਾ ਜਿਤ ਕਰਤਾਰਿਆ ਪਦਵਾਸੀ ਕੀਤੇ ਕਾਲ ਕੰਠ ਕੁਮਾਰਿਆ ਤੂੰ ਕਰਮ ਪਾਇਆ ਤੁਰਜਨ ਕੋ ਸੇ ਨਾਮ ਹਰ ਕੇ ਲਾਗੇ ਹਰ ਸੁਣੋ ਮੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਗੁਰੂ ਗੁਰ ਤੇ ਜਾਣੀ ਸੁਣਤੇ ਪੁਨੀਤ ਕਰ ਗੁਰ ਰਹਾ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ
ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੋ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ।